ਬੀਤੀ ਰਾਤ ਹੋਈ ਬਰਸਾਤ ਦੇ ਚਲਦੇ ਪਠਾਨਕੋਟ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਪਾਣੀ ਭਰਿਆ ਹੋਇਆ ਹੈ, ਜਿਸ ਵਜ੍ਹਾ ਨਾਲ ਸਥਾਨਕ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਚੁੱਕਿਆ ਹੈ। ਪ੍ਰਸ਼ਾਸਨ ਦੀ ਅਣਗਹਿਲੀ ਦੇ ਚਲਦੇ ਸਥਾਨਕ ਲੋਕਾਂ ਵਿੱਚ ਰੋਸ ਹੈ ਅਤੇ ਇਸ ਰੋਸ ਦੇ ਚਲਦੇ ਲੋਕਾਂ ਵੱਲੋਂ ਪਠਾਨਕੋਟ ਡਲਹੌਜ਼ੀ ਕੌਮੀ ਰਾਹ ਨੂੰ ਜਾਮ ਕੀਤਾ ਗਿਆ। ਇਸ ਮੌਕੇ ਲੋਕਾਂ ਨੇ ਕਰੀਬ 2 ਘੰਟੇ ਤੱਕ ਕੌਮੀ ਰਾਹ ਨੂੰ ਜਾਮ ਰੱਖਿਆ ਅਤੇ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਜਾਮ ਨੂੰ ਖੋਲ੍ਹਿਆ। ਰਾਤ ਤੋਂ ਹੀ ਪਰੇਸ਼ਾਨੀ ਝੇਲ ਰਹੇ ਸਥਾਨਕ ਲੋਕਾਂ ਨਾਲ ਜਦ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਲੋਕਾਂ ਦਾ ਕਹਿਣਾ ਸੀ ਕਿ ਸਮਾਂ ਰਹਿੰਦੇ ਕਈ ਵਾਰ ਪ੍ਰਸ਼ਾਸਨ ਨੂੰ ਇਸ ਬਾਰੇ ਜਾਣੂ ਕਰਵਾਇਆ ਗਿਆ ਸੀ ਅਤੇ ਨਿਕਾਸੀ ਦੇ ਪ੍ਰਬੰਧ ਕਰਨ ਨੂੰ ਆਖਿਆ ਗਿਆ ਸੀ, ਪਰ ਨਿਗਮ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ, ਜਿਸ ਦੇ ਨਤੀਜੇ ਸਦਕਾ ਰਾਤ ਨੂੰ ਹੋਈ ਬਰਸਾਤ ਦੇ ਕਰਕੇ ਪਾਣੀ ਲੋਕਾਂ ਦੇ ਘਰਾਂ ਵਿੱਚ ਆ ਗਿਆ ਹੈ ਅਤੇ ਇਸੇ ਕਰਕੇ ਮਜਬੂਰ ਹੋ ਕੇ ਅੱਜ ਲੋਕਾਂ ਨੇ ਇਹ ਧਰਨਾ ਦਿੱਤਾ ਹੈ। ਪ੍ਰਸ਼ਾਸਨ ਅੱਗੇ ਮੰਗ ਸੀਗੀ ਵੀ ਸਾਡੀ ਸਮੱਸਿਆ ਜਿਹੜੀ ਹੈ, ਜਿਹੜੀ ਅਸੀਂ ਬੜਾ ਬਾਰ ਬਾਰ ਰੋਲਾ ਪਾਈ ਜਾਂਦੇ ਹਾਂ ਤੇ ਲੋਕਾਂ ਦੇ ਘਰਾਂ 'ਚ 5-5-6-6 ਫੁੱਟ ਪਾਣੀ ਆ ਗਿਆ, ਅੱਜ ਫਿਰ ਆ ਗਿਆ। ਅੱਜ ਤੋਂ 10 ਦਿਨ ਪਹਿਲੇ ਵੀ ਆਇਆ ਸੀਗਾ, ਪਿਛਲੇ 1 ਸਾਲ ਪਹਿਲੇ ਵੀ ਆਇਆ ਸੀਗਾ, ਉਸ ਤੋਂ ਪਿਛਲੇ ਸਾਲ ਵੀ ਆਇਆ, ਪਰ ਕੰਮ ਤੇ ਜੂਨ ਤੱਕ ਨਹੀਂ ਰਹਿ ਗਈ। ਅਸੀਂ ਹੁਣ ਪ੍ਰਸ਼ਾਸਨ ਨੇ ਸਾਨੂੰ ਲਿਖਤੀ ਰੂਪ ਦੇ ਵਿੱਚ ਦੇ ਰਹੇ ਆ ਕਿ ਵੀ ਵਿਦਿਨ 7 ਡੇਜ਼ ਨਿਕਾਸੀ ਦਾ ਕੰਮ, ਕਰੇਟਾਂ ਦਾ ਕੰਮ ਤੇ ਬੋਰ ਜਿਹੜਾ ਛੋਟਾ ਹੋਣਾ ਉਹਦਾ ਕੰਮ ਜਲਦ ਤੋਂ ਜਲਦ ਜਿਹੜਾ 1 ਹਫ਼ਤੇ ਦੇ ਵਿੱਚ ਸ਼ੁਰੂ ਕਰਵਾ ਰਹੇ ਆ। ਦੇਖੋ ਹਾਈਵੇ ਜਾਮ ਨਹੀਂ ਹੈ, ਜਦੋਂ ਤਕਲੀਫ ਹੁੰਦੀ ਹੈ ਨਾ ਤੇ ਆਦਮੀ ਰੋਲਾ ਪਾਉਂਦਾ ਆ। ਤਕਲੀਫ ਹੈ ਲੋਕਾਂ ਦੇ ਘਰਾਂ ਦੇ ਵਿੱਚ, ਆਟਾ ਲੋਕਾਂ ਦੇ ਘਰਾਂ ਦੇ ਵਿੱਚ, ਫਰਨੀਚਰ, ਸਬਜ਼ੀਆਂ, ਦਾਲਾਂ, ਰਾਸ਼ਨ ਖਰਾਬ ਹੋ ਗਿਆ, ਲੋਕਾਂ ਦੇ ਫਰਨੀਚਰ ਖਰਾਬ ਹੋ ਗਏ, ਲੋਕਾਂ ਦੇ ਬੱਚੇ ਜਿਹੜੇ ਆ ਕਈ ਪਾਣੀ 'ਚ ਡੁੱਬਣ ਤੋਂ ਬਚੇ ਆ। ਇਸ ਕਰਕੇ ਸਾਨੂੰ ਦੁਖੀ, ਬੜੇ ਦੁਖੀ ਹਿਰਦੇ ਦੇ ਨਾਲ ਅੱਜ ਆਪਣੀ ਸਰਕਾਰ ਦੇ ਹੁੰਦੇ ਹੋਏ ਵੀ ਸਾਨੂੰ ਇੱਥੇ ਦਰੀ ਵਿਚਾ ਕੇ ਬਹਿਣਾ ਪਿਆ। ਦੂਜੇ ਪਾਸੇ ਲੋਕਾਂ ਦਾ ਗੁੱਸਾ ਵੇਖਦੇ ਹੋਏ ਮੌਕੇ ਤੇ ਪਹੁੰਚੇ ਤਹਿਸੀਲਦਾਰ ਪਰਮਪ੍ਰੀਤ ਸਿੰਘ ਨਾਲ ਜਦ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਖਿਆ ਕਿ ਲੋਕਾਂ ਕੋਲੋਂ ਇਸ ਸੰਬੰਧੀ ਲਿਖਤੀ ਸ਼ਿਕਾਇਤ ਲੈ ਲਈ ਗਈ ਹੈ, ਜਿਸ ਨੂੰ ਸੰਬੰਧਿਤ ਵਿਭਾਗ ਨੂੰ ਭੇਜ ਦਿੱਤਾ ਜਾਵੇਗਾ ਤਾਂ ਜੋ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਮੈਂ ਹੁਣ ਇਹ ਚੈੱਕ ਕਰਦਾ ਕਿ ਕੀ ਪ੍ਰੋਬਲਮ ਹੈਗੀ ਆ, ਜੋ ਵੀ ਇਹਨਾਂ ਦੀ ਪ੍ਰੋਬਲਮ ਆ ਇਹ ਮਾਨਚੋਕ ਸਾਹਿਬ ਦੀ ਸਾਰਾ ਧਿਆਨ ਚ ਲੈ ਕੇ ਪਹਿਲੇ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ।